ਕਿਸਾਨ ਯੂਨੀਅਨ ਰੋੜੀਪੁਰਾ ਬਲਾਕ ਜੈਤੋ ਜ਼ਿਲ੍ਹਾ ਫਰੀਦਕੋਟ ਦੇ ਮੁੱਖ ਅਹੁਦੇਦਾਰ ਸਾਡੇ ਕੋਲ ਆਏ ਆ। ਸਾਡੇ ਖੇਤਾਂ ਦੇ ਵਿੱਚ ਆ ਕੇ ਇਹਨਾਂ ਨੇ ਮੌਕਾ ਦੇਖਿਆ ਜਿਹਦੇ ਵਿੱਚ ਪਾਣੀ ਤੁਸੀਂ ਦੇਖ ਰਹੇ ਹੋ ਵੀ ਗੋਡਿਆਂ ਦੇ ਉੱਪਰ ਹੈ। ਜਿਹੜਾ ਨੁਕਸਾਨ ਤਕਰੀਬਨ 90% ਤੱਕ ਕਹਿ ਰਹੇ ਆ, ਪਰ ਆਉਣ ਵਾਲੇ 2-4 ਦਿਨਾਂ 'ਤੇ ਪਤਾ ਚੱਲਣਾ ਕਿ 100% ਹੀ ਹੋਏਗਾ। ਇਹ 24:03 ਸ਼ਾਮ 4 ਵਜੇ ਤੋਂ ਲੈ ਕੇ ਤਕਰੀਬਨ 25:03 ਸੁਬਾਹ 4 ਵਜੇ ਤੱਕ ਲਗਾਤਾਰ ਬਾਰਿਸ਼ ਹੋਈ ਆ, ਜਿਹਦੇ ਵਿੱਚ ਗੜੇਮਾਰੀ ਅਤੇ ਤੇਜ਼ ਹਨੇਰੀ ਬਹੁਤ ਜ਼ਿਆਦਾ ਬਾਰਿਸ਼ ਹੋਣ ਕਾਰਨ, ਇੰਨੇ ਪਾਣੀ ਦੇ ਕਾਰਨ ਸਾਡਾ ਬਹੁਤ ਜ਼ਿਆਦਾ ਨੁਕਸਾਨ ਆ। ਸਾਨੂੰ ਬੰਦ ਦਾ ਮੁਆਵਜ਼ਾ ਜਿਹੜਾ ਫਸਲਾਂ ਦਾ ਦਿੱਤਾ ਜਾਵੇ। ਸਾਡੇ ਸਾਰੇ ਉੱਚ ਅਧਿਕਾਰੀਆਂ ਨੂੰ ਬੇਨਤੀ ਹੱਥ ਜੋੜ ਕੇ ਵੀ ਇੱਥੇ ਆ ਕੇ ਮੌਕਾ ਦੇਖਿਆ ਜਾਵੇ। ਤਹਿਸੀਲਦਾਰ ਸਾਹਿਬ ਵੱਲੋਂ, ਮਾਲ ਵਿਭਾਗ ਵੱਲੋਂ, ਜਿੰਨੇ ਵੀ ਉੱਚ ਅਧਿਕਾਰੀ ਆ ਉਹ ਆ ਕੇ ਇੱਕ ਵਾਰੀ ਇੱਥੇ ਮੌਕਾ ਦੇਖਣ। ਮੇਰਾ ਨਾਂ ਰਮਨਦੀਪ ਸਿੰਘ ਜੀ, ਪਿੰਡ ਮੰਡਾਲਾ। ਅਤੇ ਆ ਪਿਛਲੇ 2 ਦਿਨਾਂ ਤੋਂ ਜਿਹੜੀ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਹੋ ਰਹੀ ਆ, ਉਹਦੇ ਕਾਰਨ ਸਾਡੀਆਂ ਜਿਹੜੀਆਂ ਕਣਕਾਂ, ਸਰਮਾਂ ਅਤੇ ਸਬਜ਼ੀਆਂ, ਇਹਨਾਂ ਦਾ ਬਹੁਤ ਨੁਕਸਾਨ ਹੋਇਆ ਵੱਡੇ ਪੱਧਰ 'ਤੇ। ਪੰਜਾਬ ਦੇ ਵਿੱਚ ਨੁਕਸਾਨ ਹੋਇਆ ਜਿਹਦਾ ਕਿ ਜ਼ਿਮੀਦਾਰ ਨੂੰ ਬਹੁਤ ਵੱਡਾ ਘਾਟਾ ਜਿਹੜਾ ਝਾੜ ਦੇ ਵਿੱਚ ਆ ਉਹ ਝੱਲਣਾ ਪਊਗਾ। ਇਸ ਦੇ ਨਾਲ ਕਣਕ ਅਤੇ ਸਰ੍ਹੋਂ ਦਾ ਜਿਹੜਾ ਝਾੜ ਆ ਉਹ ਬਹੁਤ ਵੱਡੀ ਪੱਧਰ 'ਤੇ ਘਟਣ ਦਾ ਖਸ਼ਦਾ। ਅਸੀਂ ਸਰਕਾਰ ਤੋਂ ਇਸ ਬੇਮੌਸਮੀ ਬਰਸਾਤ ਨਾਲ ਹੋਏ ਨੁਕਸਾਨ 'ਤੇ ਕਣਕ ਅਤੇ ਸਰ੍ਹੋਂ ਅਤੇ ਸਬਜ਼ੀਆਂ ਦੇ ਮੁਆਵਜ਼ੇ ਦੀ ਮੰਗ ਕਰਦੇ ਹਾਂ ਅਤੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਰਕਾਰ ਜ਼ਿਮੀਦਾਰਾਂ ਦੀ ਜਿਹੜਾ ਵੱਡੀ ਪੱਧਰ 'ਤੇ ਨੁਕਸਾਨ ਹੋਇਆ ਉਹਦੀ ਬਾਂਹ ਫੜੇ ਅਤੇ ਇਹਦੇ ਘਾਟੇ ਦੀ ਪੂਰਤੀ ਕਰੇ ਅਤੇ ਇਹਦੀ ਵਿਸ਼ੇਸ਼ ਗੁਰਦੌਰੀ ਆ ਜਿਹੜੀ ਉਹ ਕਰਵਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਕੁਛ ਲਾਭ ਜਿਹੜਾ ਸਰਕਾਰ ਵੱਲੋਂ ਮੁਆਵਜ਼ਾ ਮਿਲੂ ਉਹਦਾ ਹੋ ਸਕਦਾ। ਕਣਕ ਦੇਖੋ ਜੀ, ਜਿਹੜੇ ਹਿਸਾਬ ਨਾਲ ਵੱਡੀ ਪੱਧਰ 'ਤੇ ਗੜੇਮਾਰੀ ਹੋਈ ਆ ਕਈ ਥਾਵਾਂ 'ਤੇ ਤਾਂ ਹੱਦੋਂ ਵੱਧ 100% ਹੀ ਝਾੜ ਘਟਣ ਦੀ ਸੰਭਾਵਨਾ ਵੀ ਜਿੱਥੇ ਵੱਧ ਗੜੇਮਾਰ ਹੋਈ ਉੱਥੇ ਤਾਂ ਜਮ੍ਹਾਂ ਹੀ ਕਣਕ ਦਾ ਜੋ ਛਿੱਟੇ ਆ ਉਹਦੇ ਵਿੱਚੋਂ ਵੀ ਕਈ ਥਾਵਾਂ 'ਤੇ ਅਜਿਹੀਆਂ ਵੀਡੀਓ ਵੇਖਣ ਨੂੰ ਮਿਲੀਆਂ ਜਿਹਦੇ ਵਿੱਚੋਂ ਦਾਣੇ ਬਿਲਕੁਲ ਹੀ ਬਾਹਰ ਨਿਕਲ ਚੁੱਕੇ ਆ ਅਤੇ ਫਿਰ ਵੀ 20-30% ਝਾੜ ਘਟਣ ਦਾ ਖਸਦਾ ਤਾਂ ਹੈਗਾ ਹੀ ਆ ਜੀ। ਜੀ ਮੇਰਾ ਨਾਮ ਲਾਡੀ ਹੈ ਜੀ, ਪਿੰਡ ਮਾਂਡਾਲਾ ਜੀ, ਜ਼ਿਲ੍ਹਾ ਸਾਡਾ ਫਰੀਦਕੋਟ ਆ ਜੀ। ਜਿਸ ਤਰ੍ਹਾਂ ਰਾਤ ਦੀ ਗੜੇਮਾਰੀ ਹੋ ਰਹੀ ਆ ਔਰ ਬਾਰਿਸ਼ ਦੇ ਕਾਰਨ ਫਸਲਾਂ ਵੀ ਬਹੁਤ ਜ਼ਿਆਦਾ ਡਿੱਗ ਚੁੱਕੀਆਂ, ਉਸ ਸੰਬੰਧ ਵਿੱਚ ਕੀ ਕਹਿਣਾ ਚਾਹੁੰਦਾ? ਬਈ ਜੋ ਉਸ ਸੰਬੰਧ ਦੇ ਵਿੱਚ ਤਾਂ ਕੀ ਕਹਿਣਾ ਜੀ, ਸਾਹਿਬ ਦੀਦੇ ਸਰਕਾਰਾਂ ਨੂੰ ਜਿਵੇਂ ਫਾਜ਼ਿਲਕਾ ਏਰੀਏ 'ਚ ਚੱਕਰਵਾਤੀ ਤੂਫਾਨ ਆਇਆ ਜੀ, ਕਈ ਗਰੀਬ ਪਰਿਵਾਰਾਂ ਦੇ ਘਰ ਵੀ ਢਹਿ ਗਏ ਵਿਚਾਰਿਆਂ ਦੇ, ਉਹ ਜੋ ਬਾਗ ਸੀਗੇ ਉਹ ਬਾਗ ਵੀ ਪੱਟੇ ਗਏ, ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ। ਅਤੇ ਇਹ ਤਾਂ ਸਰਕਾਰ ਨੂੰ ਚਾਹੀਦਾ ਵੀ ਉਹਨਾਂ ਦੀ ਵੀ ਮਦਦ ਕੀਤੀ ਜਾਵੇ, ਜੋ ਵੀ ਫਸਲਾਂ ਦਾ ਨੁਕਸਾਨ ਹੋਇਆ ਮੁਆਵਜ਼ਾ ਦਿੱਤਾ ਜਾਵੇ ਜੀ। ਸਰਕਾਰ ਨੂੰ ਇਹੀ ਮੰਗ ਕਰਦੇ ਵੀ ਕਿੰਨਾ ਉਹ ਨੁਕਸਾਨ ਹੋ ਚੁੱਕਿਆ ਫਾਜ਼ਿਲਕਾ ਏਰੀਆ 'ਚ ਵੀ, ਆਪਣੇ ਵਿਧਰੀ ਫਰੀਦਕੋਟ ਏਰੀਏ 'ਚ ਵੀ ਰਾਤ ਦਾ ਬਾਰਿਸ਼ ਲੱਗੀ ਹੋਈ ਆ। ਹਾਂਜੀ, ਕਈ ਥਾਵਾਂ 'ਤੇ ਜੀ ਬਾਰਿਸ਼ ਦੇ ਨਾਲ ਘਰ ਵੀ ਢਹਿ ਗਏ ਆ, ਕਈ ਥਾਵਾਂ 'ਤੇ ਜੋ ਸ਼ਟਰਿੰਗ ਹੁੰਦੀ ਆ ਉਹ ਗਰੀਬ ਪ੍ਰਵਾਸੀ ਪਰਿਵਾਰ ਰਹਿੰਦੇ ਆ ਉਹ ਵੀ ਢਹਿ ਗਏ ਆ ਜੀ, ਉਹਨਾਂ ਦੇ ਵਿਚਾਰਿਆਂ ਦੇ ਰਹਿਣ ਬਸੇਰੇ ਵੀ। ਬਸ ਇਹੀ ਮੰਗ ਕਰਦੇ ਵੀ ਉਹਨਾਂ ਬਾਰੇ ਵਿਚਾਰਿਆਂ ਬਾਰੇ ਸੋਚਿਆ ਜਾਵੇ ਵੀ ਸਰਕਾਰ ਵੱਲੋਂ, ਕੋਈ ਦਰਖਤ ਡਿੱਗ ਪਏ ਤਾਰਾਂ ਦੇ ਉੱਤੇ ਵੀ ਉਹ ਵੀ ਬਹੁਤ ਨੁਕਸਾਨ ਆ ਜੀ ਲਾਈਟ ਵੱਲੋਂ ਵੀ, ਵੀ ਇਹ ਸਰਕਾਰ ਤੋਂ ਮੰਗ ਕਰਦੇ ਵੀ ਸਭ ਕੁਛ ਸਹੀ ਕੀਤਾ ਜਾਵੇ, ਕਿਹੜਾ ਜੋ ਮੁਆਵਜ਼ਾ ਉਹ ਦਿੱਤਾ ਜਾਵੇ।